ਬੀਬੀ ਰਜਨੀ ਜੀ ਦਾ ਇਤਿਹਾਸ ਆ ਜਿਹੜਾ ਦੁੱਖ ਭੰਜਨੀ ਬੇਰੀ ਨਾਲ ਜੁੜਿਆ ਹੋਇਆ, ਉਹ ਕਿਵੇਂ ਆਪਣੇ ਪਤੀ ਦੇ ਨਾਲ ਸੰਘਰਸ਼ ਕਰਦੀ ਆ, ਕਿਵੇਂ ਉਹ ਆਪਣੇ ਬਾਪ ਨੂੰ ਇਹ ਕਹਿੰਦੀ ਆ ਵੀ ਮੈਂ ਤੇਰਾ ਦਿੱਤਾ ਨਹੀਂ ਖਾਂਦੀ, ਮੈਂ ਰੱਬ ਦਾ ਦਿੱਤਾ ਖਾਂਦੀ ਹਾਂ। ਚੰਗਾ ਭਵਿੱਖ ਗੁਰੂ ਇਤਿਹਾਸ ਨਾਲ ਜੁੜ ਕੇ ਬੀਬੀ ਰਜਨੀ ਫਿਲਮ ਜ਼ਰੂਰ ਦੇਖਣ ਜਾਵੋ। ਸਾਡਾ ਤਾਂ ਐਡਾ ਵੱਡਾ ਇਤਿਹਾਸ ਹੈ ਕਿ ਅਸੀਂ ਜੰਮ ਜੰਮ ਫਿਲਮਾਂ ਬਣਾਈ ਜਾਈਏ ਤਾਂ ਵੀ ਨਹੀਂ ਮੁੱਕਣਾ। ਸੋ ਸਾਡੇ ਵੱਲੋਂ ਤੁਹਾਨੂੰ ਦੁਬਾਰੇ ਚਰਨਾਂ 'ਚ ਬੇਨਤੀ ਹੈ ਕਿ ਆਪਦੇ ਬੱਚਿਆਂ ਨਾਲ, ਆਪਦੇ ਪਰਿਵਾਰ ਨਾਲ, ਇਹ ਤੁਹਾਡਾ ਮੁੱਢਲਾ ਫਰਜ਼ ਸਮਝਦੇ ਹੋਏ ਇਹ ਫਿਲਮ ਜ਼ਰੂਰ ਦੇਖਣ ਜਾਇਓ, ਕਿਉਂਕਿ ਉਹ ਸਾਡੇ ਇਤਿਹਾਸ ਦੀ ਫਿਲਮ ਆ, ਨਾ ਕਿ ਉਹ ਜਸ ਬਾਜਵੇ ਦੀ ਫਿਲਮ ਹੈ, ਰੂਪੀ ਗਿੱਲ ਦੀ ਫਿਲਮ ਹੈ ਜਾਂ ਕਿਸੇ ਹੋਰ ਤੀਜੇ ਬੰਦੇ ਦੀ ਫਿਲਮ ਹੈ। ਉਹ ਸਾਡੇ ਪਿਛੋਕੜ ਦੀ, ਸਾਡੇ ਗੁਰੂਆਂ ਦੇ ਇਤਿਹਾਸ ਦੀ, ਇਸ ਧਰਤੀ ਦੇ ਇਤਿਹਾਸ ਦੀ ਫਿਲਮ ਹੈ। ਨਲੰਦਾ ਜੀ, ਬਹੁਤ ਬਹੁਤ ਸ਼ੁਕਰੀਆ ਪੂਰੀ ਟੀਮ ਦਾ ਜਿਨ੍ਹਾਂ ਨੇ ਸਿੱਖ ਇਤਿਹਾਸ 'ਤੇ ਬਹੁਤ ਹੀ ਵੱਡੀ ਇਸ ਮੰਨ ਲਓ ਇੱਕ ਪਲਾਂਗ ਪੁੱਟੀ ਹੈ ਬੀਬੀ ਰਜਨੀ ਦੇ ਉੱਪਰ, ਇਹ ਫਿਲਮ ਬਣ ਰਹੀ ਆ। ਬੀਬੀ ਰਜਨੀ ਜੀ ਦਾ ਇਤਿਹਾਸ ਆ ਜਿਹੜਾ ਦੁੱਖ ਭੰਜਨੀ ਬੇਰੀ ਨਾਲ ਜੁੜਿਆ ਹੋਇਆ, ਉਹ ਕਿਵੇਂ ਆਪਣੇ ਪਤੀ ਦੇ ਨਾਲ ਸੰਘਰਸ਼ ਕਰਦੀ ਆ, ਕਿਵੇਂ ਉਹ ਆਪਣੇ ਬਾਪ ਨੂੰ ਇਹ ਕਹਿੰਦੀ ਆ ਵੀ ਮੈਂ ਤੇਰਾ ਦਿੱਤਾ ਨਹੀਂ ਖਾਂਦੀ, ਮੈਂ ਰੱਬ ਦਾ ਦਿੱਤਾ ਖਾਂਦੀ ਹਾਂ। ਅਤੇ ਅੱਜ ਉਸ ਧੀ ਦੇ ਉੱਪਰ ਇਹ ਫਿਲਮ ਬਣ ਜਾ ਰਹੀ ਆ। ਸਾਡੀ ਛੋਟੀ ਭੈਣ ਰੂਪੀ ਗਿੱਲ, ਜਸ ਬਾਜਵਾ ਵੀਰ, ਜਰਨੈਲ ਸਿੰਘ ਜੀ, ਹਰਜੀਤ ਹਰਮਨ ਵੀਰ ਜੀ, ਇਹਨਾਂ ਦਾ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਜਿਨ੍ਹਾਂ ਨੇ ਇਹ ਇੱਕ ਵੱਡਾ ਸਟੈਪ ਲਿਆ, ਕਿਉਂਕਿ ਇੱਦਾਂ ਦੇ ਸਟੈਪ ਲੈਣ ਤੋਂ ਸਾਡੇ ਕਲਾਕਾਰ ਜਾਂ ਪ੍ਰੋਡਿਊਸਰ ਭਰਾ ਕਰਨ ਜੀ ਵਰਗੇ ਵੀਰ ਡਰਦੇ ਆ ਵੀ ਕਹਿੰਦੀ ਇਹਦਾ ਕੀ ਰਿਜ਼ਲਟ ਹੋਊ, ਕਿੱਦਾਂ ਦੀ ਕੰਟਰੋਵਰਸੀ ਹੋਊ। ਪਰ ਮੈਂ ਬੇਨਤੀ ਕਰਦਾ ਹੱਥ ਜੋੜ ਕੇ ਭੈਣਾਂ ਭਰਾਵਾਂ ਨੂੰ, ਜੇ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ, ਆਪਣੀਆਂ ਨੂੰ ਚਾਹੁੰਦੇ ਹਾਂ ਵੀ ਉਹ ਇੱਕ ਚੰਗਾ ਭਵਿੱਖ ਗੁਰੂ ਇਤਿਹਾਸ ਨਾਲ ਜੁੜ ਕੇ ਬੀਬੀ ਰਜਨੀ ਫਿਲਮ ਜ਼ਰੂਰ ਦੇਖਣ ਜਾਵੋ, ਆਪਣੇ ਬੱਚਿਆਂ ਨੂੰ, ਆਪਣੇ ਪਰਿਵਾਰ ਨੂੰ ਲੈ ਕੇ ਜਾਵੋ। ਤਾਂ ਜੋ ਜਿਵੇਂ ਜਸ ਬਾਜਵਾ ਵੀਰ ਹੁਣ ਗੱਲ ਕਰਦਾ ਸੀ, ਕਹਿੰਦਾ ਵੀਰੇ ਅਸੀਂ ਬਹੁਤ ਬੰਦਿਆਂ ਨੂੰ ਮਿਲੇ, 40-40 45-45 ਸਾਲ ਦੇ ਨੌਜਵਾਨ ਬਾਪੂਆਂ ਦੇ ਜਿਹੜੇ ਨਾਲ ਰਹਿੰਦੇ ਨੇ 24 ਘੰਟੇ, ਉਹਨਾਂ ਨੂੰ ਵੀ ਨਹੀਂ ਪਤਾ ਵੀ ਬੀਬੀ ਰਜਨੀ ਹੈ ਕੌਣ ਆ। ਅਤੇ ਇਹ ਸਾਡੀ ਤਰਾਸਦੀ ਆ, ਪਰ ਇਸ ਕਨਸੈਪਟ 'ਤੇ ਅੱਜ ਫਿਲਮ ਬਣ ਜਾ ਰਹੀ ਆ। ਅਤੇ ਅਸੀਂ ਬੇਨਤੀ ਕਰਾਂਗੇ ਪੂਰੀ ਟੀਮ ਨੂੰ ਵੀ ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਪਹਿਲੂ ਨੇ ਜਿਹੜੇ ਸਿੱਖ ਇਤਿਹਾਸ ਦੇ ਮੂਹਰੇ ਲਿਆਉਣੇ ਜ਼ਰੂਰੀ ਆ। ਅਤੇ ਬੀਬੀ ਰਜਨੀ ਨੂੰ ਤੁਸੀਂ ਜੇ ਕਾਮਯਾਬ ਕਰੋ, ਜਿਵੇਂ ਵੀਰ ਨੇ ਕਿਹਾ ਵੀ ਜੇ ਇਹਨੂੰ ਫਿਲਮ ਨੂੰ ਵੱਧ ਦੇਖਣਗੇ ਲੋਕ, ਜੇ ਫਿਲਮ ਚੱਲ ਜੂ, ਪੈਸੇ ਕਮਾ ਜੂ, ਤਾਂ ਜੋ ਹੋਰ ਪ੍ਰੋਡਿਊਸਰ, ਕੋਈ ਹੋਰ ਡਾਇਰੈਕਟਰ ਵੀ ਹਿੰਮਤ ਕਰੂਗਾ ਸਿੱਖ ਇਤਿਹਾਸ 'ਤੇ ਫਿਲਮ ਬਣਾਉਣ ਦੀ, ਅਤੇ ਉਹਦੇ ਨਾਲ ਸਾਡੇ ਬੱਚੇ ਗੁਰੂ ਦੇ ਇਤਿਹਾਸ ਨਾਲ ਜੁੜਨਗੇ। ਕਿਉਂਕਿ ਬਈ ਹਥਿਆਰਾਂ ਤੇ ਪ੍ਰਮੋਟ ਕਰਨ ਵਾਲੀਆਂ ਫਿਲਮਾਂ ਤਾਂ ਕਾਫੀ ਬਣਦੀਆਂ ਨੇ, ਹਾਂਜੀ, ਪਰ ਇੱਕ ਇਹੋ ਜਿਹੀ ਫਿਲਮ ਬਣੀ ਜਿਹਨੂੰ ਇਤਿਹਾਸ ਦੇ ਨਾਲ ਜੋੜਿਆ ਜਾਵੇ ਪੰਜਾਬ ਦੇ ਲੋਕਾਂ ਨੂੰ, ਲੱਗਦਾ ਵੀ ਇਦਾਂ ਦੀਆਂ ਹੋਰ ਵੀ ਫਿਲਮਾਂ ਬਹੁਤ ਜ਼ਰੂਰੀ ਹੈ ਵੀਰ ਜੀ। ਇਹ ਤਾਂ ਬੜਾ ਵੱਡਾ ਇੱਕ ਸਟੈਪ ਆ ਜਿਹੜਾ ਲਿਆ ਜਾ ਰਿਹਾ। ਬਾਕੀ ਜਸਵੀਰ ਵੀ, ਮੈਂ ਬਸ ਇਹੀ ਬੇਨਤੀ ਕਰਨੀ ਸੀ, ਇਹ ਕਹਾਣੀਆਂ ਸਾਡੇ ਮਾਂ ਪਿਓ ਨੇ, ਸਾਡੇ ਦਾਦੇ ਦਾਦੀ ਨੇ ਸਾਨੂੰ ਸੁਣਾਈਆਂ, ਭਾਈ ਘਨੱਈਆ ਜੀ ਦੀ, ਬੀਬੀ ਰਜਨੀ ਦੀ। ਉਦੋਂ ਬਾਅਦ 'ਚ ਅਸੀਂ ਕਿਤਾਬਾਂ 'ਚ ਪੜ੍ਹਨ ਦੀ ਕੋਸ਼ਿਸ਼ ਕੀਤੀ ਇਤਿਹਾਸ ਨਾਲ। ਅੱਜ ਦੀ ਜਿਹੜੀ ਜ਼ਿੰਦਗੀ ਆ, ਮੈਨੂੰ ਲੱਗਦਾ ਇੰਨੀ ਕੁ ਜ਼ਿਆਦਾ ਰਜੇਵਿਆਂ ਭਰੀ ਆ ਕਿ ਬੰਦਿਆਂ ਕੋਲ ਟਾਈਮ ਨਹੀਂ, ਤਾਂ ਸਿਨੇਮਾ ਇੱਕ ਇਕੱਲਾ ਮਾਧਿਅਮ ਰਹਿ ਜਾਂਦਾ ਜਿਹਦੇ ਰਾਹੀਂ ਅਸੀਂ ਇਹ ਲੋਕਾਂ ਤੱਕ ਪਹੁੰਚਾ ਸਕਦੇ ਹਾਂ ਕਿ ਭਾਈ ਅਸੀਂ ਇਹ ਇਤਿਹਾਸ 'ਤੇ ਫਿਲਮ ਲੈ ਕੇ ਆਏ ਹਾਂ। ਤੁਸੀਂ ਸਿਰਫ ਆਪਦੀ ਜ਼ਿੰਦਗੀ 'ਚੋਂ 2.25-2 ਘੰਟੇ ਹੀ ਕੱਢਣੇ ਨੇ, ਉੱਥੋਂ ਹੀ ਤੁਸੀਂ ਬੜੀਆਂ ਚੀਜ਼ਾਂ ਗ੍ਰਹਿਣ ਕਰਕੇ ਜਾਓਗੇ। ਔਰ ਇਹ ਮੈਨੂੰ ਲੱਗਦਾ ਕਿ ਸਾਡਾ ਸਮੁੱਚੀ ਸਾਧ ਸੰਗਤ ਦਾ ਇਹ ਫਰਜ਼ ਬਣਦਾ। ਗੱਲ ਇਹ ਨਹੀਂ ਕਿ ਸਾਡੀ ਫਿਲਮ ਇਹ ਕਿਸੇ ਦੀ ਵੀ ਹੁੰਦੀ, ਔਰ ਅੱਗੇ ਵੀ ਕੋਈ ਸਾਡੀ ਇੰਡਸਟਰੀ 'ਚੋਂ, ਅਸੀਂ ਬੇਨਤੀ ਕਰਾਂਗੇ ਕਿ ਕੋਈ ਵੀ ਬੰਦਾ ਸਿੱਖ ਇਤਿਹਾਸ ਅਤੇ ਮਾਨਵਤਾ ਦੀ ਭਲਾਈ 'ਤੇ ਕੋਈ ਫਿਲਮ ਲੈ ਕੇ ਆਊਗਾ, ਸਾਰੇ ਜਣੇ ਇਕਜੁੱਟ ਹੋ ਕੇ ਅਸੀਂ ਉਹਦਾ ਸਾਥ ਦੇਵਾਂਗੇ, ਕਿਉਂਕਿ ਉਹ ਸਾਡੇ ਇਤਿਹਾਸ ਦੀ ਫਿਲਮ ਆ, ਨਾ ਕਿ ਉਹ ਜਸ ਬਾਜਵੇ ਦੀ ਫਿਲਮ ਹੈ, ਰੂਪੀ ਗਿੱਲ ਦੀ ਫਿਲਮ ਹੈ ਜਾਂ ਕਿਸੇ ਹੋਰ ਤੀਜੇ ਬੰਦੇ ਦੀ ਫਿਲਮ ਹੈ। ਉਹ ਸਾਡੇ ਪਿਛੋਕੜ ਦੀ, ਸਾਡੇ ਗੁਰੂਆਂ ਦੇ ਇਤਿਹਾਸ ਦੀ, ਇਸ ਧਰਤੀ ਦੇ ਇਤਿਹਾਸ ਦੀ ਫਿਲਮ ਹੈ। ਜੇ ਇਤਿਹਾਸ ਨਾ ਹੁੰਦਾ, ਜੇ ਭਗਤ ਪੂਰਨ ਸਿੰਘ ਜੀ, ਚਲੋ ਬਹੁਤ ਵੱਡੇ ਨੇ, ਬਹੁਤ ਸਾਡੇ ਲਈ ਇਹ ਸ਼ਬਦ ਅਸੀਂ ਉਹਨਾਂ ਲਈ ਵਰਤ ਨਹੀਂ ਸਕਦੇ, ਉਹਨਾਂ ਦੇ ਪਾਏ ਹੋਏ ਪੂਰਨਿਆਂ 'ਤੇ ਅੱਜ ਚੱਲਦੇ 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 ਸਾਡੇ ਕੋਲ
ਸਰੀਰਕ ਰੂਪ 'ਚ ਭਗਤ ਪੂਰਨ ਸਿੰਘ ਜੀ ਦਾ ਰੂਪ 'ਚ ਮਿੰਟੂ ਬਾਈ ਇੱਥੇ ਕੰਮ ਕਰ ਰਿਹਾ। ਸੋ ਕੋਈ ਨਾ ਕੋਈ ਚੀਜ਼ ਕਿਸੇ ਨੂੰ ਇੰਸਪਾਇਰ ਕਰਦੀ ਹੈ, ਕਿਸੇ ਦੀ ਲਿਖੀ ਹੋਈ ਗੱਲ, ਕਿਸੇ ਦੇ ਬੋਲੇ ਹੋਏ ਬੋਲ। ਤਾਂ ਕਰਕੇ ਸਾਡਾ ਤਾਂ ਐਡਾ ਵੱਡਾ ਇਤਿਹਾਸ ਹੈ ਕਿ ਅਸੀਂ ਜੰਮ ਜੰਮ ਫਿਲਮਾਂ ਬਣਾਈ ਜਾਈਏ ਤਾਂ ਵੀ ਨਹੀਂ ਮੁੱਕਣਾ। ਸੋ ਸਾਡੇ ਵੱਲੋਂ ਇਹ ਤੁਹਾਨੂੰ ਦੁਬਾਰੇ ਚਰਨਾਂ 'ਚ ਬੇਨਤੀ ਹੈ ਕਿ ਆਪਦੇ ਬੱਚਿਆਂ ਨਾਲ, ਆਪਦੇ ਪਰਿਵਾਰ ਨਾਲ, ਇਹ ਤੁਹਾਡਾ ਮੁੱਢਲਾ ਫਰਜ਼ ਸਮਝਦੇ ਹੋਏ ਇਹ ਫਿਲਮ ਜ਼ਰੂਰ ਦੇਖਣ ਜਾਇਓ। ਔਰ ਨਾਲ ਆਉਣ ਵਾਲੇ ਸਮੇਂ 'ਚ ਵੀ ਕਿਸੇ ਦੀ ਵੀ ਫਿਲਮ ਆਊਗੀ ਇਤਿਹਾਸ 'ਤੇ ਤਾਂ ਜ਼ਰੂਰ ਦੇਖਣ ਜਾਇਓ। ਅੱਜ ਮਨੁੱਖਤਾ ਦੀ ਸੇਵਾ ਦੇ ਵਿੱਚ ਪਹੁੰਚੇ ਹੋ, ਕਿਵੇਂ ਦਾ ਲੱਗ ਰਿਹਾ? ਇਹ ਤਾਂ ਮੈਂ ਪਹਿਲਾਂ ਕਹਿ ਕੇ ਹਟਿਆ ਕਿ ਸ਼ਬਦ ਨਹੀਂ ਜੀ ਸਾਡੇ ਕੋਲ। ਇੱਕ ਮੈਂ ਇੱਥੇ ਗੱਲ ਸਾਂਝੀ ਕਰਨਾ ਚਾਹੂੰਗਾ ਕਿ ਪਿਛਲੇ ਦਿਨਾਂ 'ਚ ਇੱਕ ਵੀਡੀਓ ਉਸ ਵੱਡੇ ਪੱਧਰ 'ਤੇ ਵਾਇਰਲ ਹੋਇਆ ਦੇਸ਼ਾਂ ਵਿਦੇਸ਼ਾਂ ਵਿੱਚ, ਪੰਜਾਬ ਦੀ ਧਰਤੀ 'ਤੇ ਵੀ ਲੋਕਾਂ ਦੇ ਉਸ ਵੀਡੀਓ ਨੇ ਦਿਲ 'ਚ ਝੋੜਤੇ ਕਿ ਇੱਕ ਬਹੁਤ ਵੱਡੀ 3 ਮੰਜ਼ਲੀ ਕੋਠੀ ਜਿਹਦੇ ਕੋਈ ਟਾਕੀ ਨਹੀਂ, ਜਿਹਦੇ ਕੋਈ ਬਾਰੀ ਨਹੀਂ, ਉਹਦੇ 'ਚ 2 ਜਵਾਨ ਪੁੱਤ ਅਤੇ 3 ਉਹਨਾਂ ਦੀ ਮਾਂ, 2 ਮੁੰਡੇ ਨਸ਼ਾ ਕਰਦੇ, 3 ਮਾਂ ਨੂੰ ਵੀ ਨਾਲ ਨਸ਼ਾ, ਉਹ ਲੱਤ ਲੱਗ ਗਈ। ਔਰ ਉਹ ਵੀਡੀਓ ਦੇਖ ਕੇ ਮੈਨੂੰ ਨਹੀਂ ਲੱਗਦਾ ਕਿ ਕੋਈ ਬਾਹਰ ਰਹਿੰਦਾ ਬੰਦਾ ਜਾਂ ਇੱਥੇ ਰਹਿੰਦਾ ਭਾਵਕ ਨਾ ਹੋਇਆ ਹੋਵੇ। ਬਾਈ ਉਹਨਾਂ ਤੋਂ ਮਹਾਰਾਜ ਨੇ ਉਹ ਸੇਵਾ ਲਈ, ਉਸ ਪਰਿਵਾਰ ਨੂੰ ਉਰੇ ਲੈ ਕੇ ਆਏ। ਮੈਂ ਵੀਰ ਤੋਂ ਪੁੱਛ ਰਿਹਾ ਸੀ, ਇੱਕ ਮੁੰਡਾ ਬਿਲਕੁਲ ਠੀਕ ਹੈ, ਭੈਣ ਬਿਲਕੁਲ ਠੀਕ ਹੈ, ਔਰ ਵੱਡਾ ਮੁੰਡਾ ਅੱਜ ਅਮੈਰੀਕਾ ਚਲੇ ਗਿਆ। ਕਿਸੇ ਦਾ ਜੀਵਨ ਬਦਲ ਦੇਣਾ ਇਦੋਂ ਵੱਡੀ ਕੋਈ ਗੱਲ ਨਹੀਂ, ਕਿਸੇ ਨੂੰ ਜੋੜ ਦੇਣਾ ਇਦੋਂ ਵੱਡੀ ਕੋਈ ਗੱਲ ਨਹੀਂ। ਸੋ ਇਹ ਜੁੰਮਾ ਬਾਈ ਉਹਨਾਂ ਦੇ ਹਿੱਸੇ ਮਹਾਰਾਜ ਨੇ ਲਾਇਆ, ਔਰ ਅਸੀਂ ਦਰਸ਼ਨ ਕਰਨ ਆਏ ਹਾਂ ਔਰ ਧੰਨਵਾਦ ਕਰਨ ਆਏ ਹਾਂ ਬਾਈ ਉਹਨਾਂ ਦਾ। ਔਰ ਇਹ ਬਾਈ ਉਹਨਾਂ ਨਾਲ ਪ੍ਰਣ ਕਰਨ ਆਇਆ ਕਿ ਆਉਣ ਵਾਲੇ ਸਮੇਂ 'ਚ ਵੀ ਜ਼ਰੂਰ ਇਕੱਲੇ ਅਸੀਂ ਨਹੀਂ, ਸਾਡੇ ਅਸੀਂ ਪਰਿਵਾਰਕ ਰੂਪ 'ਚ ਉਰੇ ਜੁੜਾਂਗੇ। ਸਾਡੇ ਬੱਚਿਆਂ ਨੂੰ ਵੀ ਇਹ ਪਤਾ ਹੋਣਾ ਚਾਹੀਦਾ ਕਿ ਇਨਸਾਨੀਅਤ ਦੀ ਜਿਹੜੀ ਸੇਵਾ ਉਹ ਸਭ ਤੋਂ ਵੱਡੀ ਸੇਵਾ। ਜਿੱਥੇ ਵੀ ਚਲੋ ਸਾਡੀ ਇਹ ਕਾਤ ਨਹੀਂ ਨਾ ਸਾਡੀ ਹੈਸੀਅਤ ਆ, ਪਰ ਜਿੰਨੇ ਜੋਗੇ ਅਸੀਂ ਜੋ ਤਿਲਫੁਲ ਜੋ ਮਹਾਰਾਜ ਨੇ ਸਾਨੂੰ ਕਲਾ ਬਖਸ਼ੀ ਉਹਦੇ 'ਚੋਂ ਦਸਵੰਧ ਹੈ ਜਿਹੜਾ, ਉਹ ਗੱਲ ਇਕੱਲਾ ਦਸਵੰਧ ਹੈ ਜਿਹੜਾ ਉਹ ਪੈਸੇ ਦੇ ਰੂਪ 'ਚ ਨਹੀਂ, ਉਹ ਦਸਵੰਧ ਹੈ ਸੇਵਾ ਦੇ ਰੂਪ 'ਚ, ਉਹ ਜ਼ਰੂਰ ਕੱਢਦੇ ਰਹਾਂਗੇ। ਔਰ ਅੱਜ ਇਸ ਤੀਰਥ 'ਤੇ ਆ ਕੇ ਸਾਨੂੂੰ ਦਿਲੋਂ ਬਹੁਤ ਖੁਸ਼ੀ ਹੋਈ ਆ। ਰਣਜੀਤ ਹਰਮਨ ਬਾਈ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਕਰਕੇ ਬਾਈ ਉਹਨਾਂ ਦੇ ਰੂਬਰੂ ਹੋਣ ਦਾ ਮੌਕਾ ਮਿਲਿਆ। ਜੱਜ ਜੀ, ਜਿਵੇਂ ਮਨੁੱਖਤਾ ਦੀ ਸੇਵਾ ਆਪਣਾ ਕੰਮ ਕਰ ਰਹੀ ਹੈ, ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਇੱਦਾਂ ਦੀ ਫਿਲਮ ਬਣਦੀ ਹੈ ਮਨੁੱਖਤਾ ਦੀ ਸੇਵਾ 'ਤੇ, ਤਾਂ ਰੋਲ ਨਿਭਾਓਗੇ? ਦੇਖੋ, ਰੋਲ ਸਾਡੇ ਕੋਲ ਬਾਈ ਹੈਗਾ, ਅਸੀਂ ਬਾਈ ਨੂੰ ਲੈ ਕੇ ਬਣਾਵਾਂਗੇ। ਰੋਲ ਤਾਂ ਉਦੋਂ ਨਿਭਾਇਆ ਜਾਂਦਾ ਨਾ ਜਦੋਂ ਕੋਈ ਬੰਦਾ ਆਲਰੇਡੀ ਕਿਸੇ ਪਾਸੇ, ਮੰਨ ਲਓ ਬਹੁਤ ਵਿਰਧ, ਮਿੰਟੂ ਜੀ ਤਾਂ ਆਪਣੀ ਸੇਵਾ ਕਰ ਰਹੇ ਨੇ, ਲਗਾਤਾਰ ਵੀਡੀਓਜ਼ ਪਾ ਰਹੇ ਨੇ। ਉਹ ਕਿਰਦਾਰ ਦੇਖੋ, ਐਕਟਰ ਬੰਦਾ ਹੁੰਦਾ, ਉਹਨੇ ਕੋਸ਼ਿਸ਼ ਕਰਨੀ ਹੁੰਦੀ ਹੈ, ਪਰ ਜਦੋਂ ਸਾਡੇ ਕੋਲ ਆਲਰੇਡੀ ਜਿਹੜੇ ਅਸੀਂ ਕਹਿ ਦਈਏ ਕਿ ਅਸੀਂ ਰੋਲ ਮਾਡਲ ਚੁਣਨੇ ਨੇ, ਆਰਟਿਸਟਾਂ ਨੂੰ, ਸਿੰਗਰਾਂ ਨੂੰ ਲੋਕ ਕਹਿ ਦਿੰਦੇ ਨੇ ਕਿ ਅਸੀਂ ਫੈਨ ਹਾਂ, ਅਸਲ 'ਚ ਤਾਂ ਰੋਲ ਮਾਡਲ ਇਹ ਨੇ ਸਾਡੇ, ਅਸੀਂ ਇਹਨਾਂ ਦੇ ਕਿਰਦਾਰ ਤੋਂ ਇੰਸਪਾਇਰ ਹੋ ਸਕਦੇ ਹਾਂ, ਕਾਪੀ ਕਰ ਸਕਦੇ ਹਾਂ, ਪਰ ਇਹ ਸਾਡੇ ਕੋਲ ਰੀਅਲ 'ਚ ਨੇ। ਕੋਈ ਅੱਗੇ ਭਰਾ ਮੇਰੀ ਗੱਲ ਸੁਣਦਾ ਹੋਵੇ ਤਾਂ ਜੇ ਅਸੀਂ ਫਿਲਮ ਬਣਾਈਏ ਤਾਂ ਅਸੀਂ ਉਹ 'ਚ ਬਾਈ ਨੂੰ ਹੀ ਲਵਾਂਗੇ, ਕਿਉਂਕਿ ਸਾਡੇ ਕੋਲ ਬਾਈ ਹੈਗਾ, ਸਾਨੂੰ ਇਹ ਲੋੜ ਨਹੀਂ ਪੈਣੀ ਕਿ ਅਸੀਂ ਕਿਰਦਾਰ ਕਰੀਏ। ਬਿਲਕੁਲ ਜੀ, ਬੜੀ ਮੈਂ ਸੱਚੇ ਦਿਲੋਂ ਅੱਜ ਇਹ ਪਰਮਾਤਮਾ ਦੀ ਪਵਿੱਤਰ ਧਰਤੀ ਕਹੂੰ ਭਾਜੀ, ਅਤੇ ਰਾਜਨੀਤ ਜੀ ਮੈਂ ਬਹੁਤ ਚਿਰ ਤੋਂ ਸੋਚਦਾ ਹੁੰਦਾ ਕਿ ਭਗਤ ਪ੍ਰਹਿਲਾਦ ਇਹੋ ਜਿਹੇ ਕਿੱਸੇ ਸਾਡੀਆਂ ਦਾਦੀ ਉਹਦੀਆਂ ਸਾਨੂੰ ਸੁਣਾਉਂਦੀਆਂ ਵੀ ਸਾਡੇ ਬੱਚੇ ਤਾਂ ਬਹੁਤ ਦੂਰ ਹੋ ਰਹੇ ਨੇ। ਸੋ ਮੈਂ ਸਾਰੀ ਟੀਮ ਨੂੰ ਵਧਾਈ ਦਿੰਦਾ ਜਿੱਥੇ ਕਿ ਇਹ ਫਿਲਮ ਦਾ ਉਪਰਾਲਾ ਬਣਾਉਣ ਦਾ ਬੀੜਾ ਚੁੱਕਿਆ, ਅਤੇ ਉੱਥੇ ਸਾਰਿਆਂ ਨੂੰ ਮੈਂ ਗੁਜ਼ਾਰਿਸ਼ ਵੀ ਕਰੂੰਗਾ ਪਰਿਵਾਰਾਂ ਸਮੇਤ, ਤੁਸੀਂ ਜਾ ਕੇ ਇਹ ਫਿਲਮ ਨੂੰ ਦੇਖਣਾ, ਆਪ ਵੀ ਦੇਖਣਾ, ਆਪਣੇ ਬੱਚਿਆਂ ਨੂੰ ਵੀ ਦਿਖਾਉਣਾ, ਤਾਂ ਕਿ ਜੇ ਇਹ ਫਿਲਮ ਵਧੀਆ ਤੁਹਾਡਾ ਪਿਆਰ ਮਿਲਦਾ ਤਾਂ ਹੋਰ ਵੀ ਇਹੋ ਜਿਹੇ ਵਿਸ਼ਿਆਂ ਦੇ ਉੱਤੇ ਸਾਡੇ ਸਿੱਖ ਇਤਿਹਾਸ ਅਤੇ ਸਾਡੇ ਭਗਤਾਂ 'ਤੇ ਫਿਲਮਾਂ ਬਣ ਗਈਆਂ। ਸੋ ਸਾਰਿਆਂ ਨੂੰ ਬੇਨਤੀ, ਅਤੇ 30 ਤਰੀਕ ਨੂੰ 30 ਅਗਸਤ ਰਿਲੀਜ਼ਿੰਗ ਆ, ਅਤੇ ਸਾਰੇ ਜਾ ਕੇ ਵਰਲਡ ਵਾਈਡ ਰਿਲੀਜ਼ ਹੋ ਰਹੀ ਹੈ, ਤੁਸੀਂ ਸਾਰੇ ਜਾ ਕੇ ਇਹ ਫਿਲਮ ਨੂੰ ਦੇਖਿਓ। ਕਿਵੇਂ ਦੇਖਦੇ ਹੋ ਅੱਜ ਕਾਨਵੈਂਟ ਸਕੂਲਾਂ ਦੇ ਵਿੱਚ ਜਾ ਕੇ ਵੀ ਪ੍ਰਮੋਸ਼ਨ ਕੀਤੀ ਆ ਔਰ ਉਹਨਾਂ ਨੇ ਵੀ ਪੰਜਾਬੀ ਬੋਲੀ? ਹਾਂਜੀ। ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ, ਕੀ ਲੱਗਦਾ ਤੁਹਾਨੂੰ ਵੀ ਕੁਛ ਅਸਰ ਹੋ ਰਿਹਾ ਲੋਕਾਂ 'ਤੇ? ਨਹੀਂ, ਅਸੀਂ ਤਾਂ ਚਾਹੁੰਦੇ ਹਾਂ ਤਾਂ ਬਿਲਕੁਲ ਪੰਜਾਬੀ ਸਿੰਗਰਾਂ, ਸਾਨੂੰ ਤਾਂ ਹਮੇਸ਼ਾ ਹੀ ਇਹ ਪੰਜਾਬੀ ਦੀ ਚੜ੍ਹਦੀ ਕਲਾ ਦੀ ਦਾਤ ਹਮੇਸ਼ਾ ਗੁਰੂ ਅੱਗੇ ਕਰਦੇ ਹਾਂ, ਅਤੇ ਕਾਨਵੈਂਟ ਸਕੂਲਾਂ ਦੇ ਵਿੱਚ ਤੁਸੀਂ
ਕਹਿੰਦੇ ਹੋ ਵੀ ਪੰਜਾਬੀ ਬੋਲ ਰਹੇ, ਇਹ ਤੋਂ ਵੱਡੀ ਕਿਹੜਾ ਖੁਸ਼ੀ ਦੀ ਗੱਲ ਕੋਈ ਹੋ ਹੀ ਨਹੀਂ ਸਕਦੀ ਕਿ ਅੰਗਰੇਜ਼ੀ ਸਕੂਲਾਂ ਦੇ ਵਿੱਚ ਬੱਚੇ ਪੰਜਾਬੀ ਬੋਲਦੇ ਨੇ। ਕੁਛ ਮੈਸੇਜ ਛੋਟੇ ਬੱਚਿਆਂ ਨੂੰ ਜਾਂ ਪਰਿਵਾਰਕ ਨੂੰ? ਨਹੀਂ, ਫਿਲਮ ਆਪਣੇ ਆਪ ਵਿੱਚ ਕੋਈ ਇਹ ਉਹ ਸਟੋਰੀ ਨਹੀਂ ਹੈ ਜਿਹੜੀ ਕਿ ਮੈਂ ਲਿਖੀ ਹੈ, ਇਹ ਆਪਣੇ ਆਪ ਵਿੱਚ ਬਹੁਤ ਵੱਡੀ ਸਾਖੀ ਆ। ਸਾਡੇ ਬਜ਼ੁਰਗ ਜ਼ਰੂਰ ਜਾਣਦੇ ਹੋਣੇ, 40-45 ਸਾਲ ਮੈਂ ਤਾਂ ਦੇਖੀ ਆ ਵੀ, ਸੁਣਿਆ ਸਾਰਾ ਇਹਦਾ ਹਿਸਟਰੀ ਅਤੇ ਸਾਰੇ ਜਾਣਦੇ ਨੇ, ਅਤੇ ਬਹੁਤ ਕਮਾਲ ਦੀ ਫਿਲਮ ਆ। ਅਤੇ ਮੈਂ ਕਹਿੰਦਾ ਅੱਜ ਦੀ ਜਨਰੇਸ਼ਨ ਨੂੰ ਸੇਧ ਦੇਣ ਲਈ ਉਹ ਫਿਲਮਾਂ ਬਣਨੀਆਂ ਬਹੁਤ ਜ਼ਰੂਰੀ ਨੇ। ਜਰਨੈਲ ਸਿੰਘ ਜੀ, ਬੀਬੀ ਰਜਨੀ ਵਰਗੀ ਮੂਵੀ ਕਰਨ ਦਾ ਮੌਕਾ ਮਿਲਿਆ, ਕੀ ਕਹਿਣਾ ਚਾਹੋਗੇ? ਇਤਿਹਾਸ ਨਾਲ ਜੋੜਿਆ ਜਾ ਰਿਹਾ। ਹਾਂਜੀ, ਇਹੋ ਜਿਹੇ ਪ੍ਰੋਜੈਕਟਾਂ ਦਾ ਹਿੱਸਾ ਹੋਣਾ ਹੀ ਬੜੀ ਵੱਡੀ ਗੱਲ ਹੈ ਜੀ। ਕਮਰਸ਼ੀਅਲ ਐਂਗਲ ਬਹੁਤ ਕੀਤਾ, ਬਟ ਇਹੋ ਜਿਹੀਆਂ ਫਿਲਮਾਂ ਦੀ ਹਮੇਸ਼ਾ ਤਾਂਘ ਰਹਿੰਦੀ ਆ ਕਿ ਕੁਛ ਐਸੀਆਂ ਫਿਲਮਾਂ ਜਿਹੜੀਆਂ ਕਿ ਕਿਸੇ ਕਹਾਣੀਆਂ ਸੁਣਦੇ ਰਹੇ ਹਾਂ ਵੀ ਉਹਨਾਂ ਦੇ ਉਹ ਜੀ ਕਿਤੇ ਬਣਨ ਅਤੇ ਉਹਨਾਂ 'ਚ ਕਿਰਦਾਰ ਕਰਨ ਦਾ ਮੌਕਾ ਮਿਲਿਆ, ਇਹ ਤੋਂ ਵੱਡੀ ਖੁਸ਼ਕਿਸਮਤੀ ਕੀ ਹੋ ਸਕਦੀ ਹੈ ਜੀ? ਜੀ, ਸੋ ਕਾਫੀ ਇਤਿਹਾਸ ਹੈ ਜੋ ਅੱਜ ਕੱਲ੍ਹ ਦੀ ਪੀੜ੍ਹੀ ਨੂੰ ਪਤਾ ਹੀ ਨਹੀਂ ਹੈ ਜੀ। ਸੋ ਜੇ ਇਸ 'ਤੇ ਉੱਤੇ ਫਿਲਮਾਂ ਬਣਨ ਤਾਂ ਜਿਹੜੇ ਆਉਣ ਵਾਲੀ ਪੀੜ੍ਹੀ ਹੈ ਉਹਨੂੰ ਵੀ ਪਤਾ ਲੱਗੇ ਕਿ ਇਤਿਹਾਸ ਦੇ ਵਿੱਚ ਸਾਡੇ ਗੁਰੂਆਂ ਪੀਰਾਂ ਨੇ ਸਾਡੀ ਅੱਗੇ ਦੀ ਪੀੜ੍ਹੀ ਨੂੰ ਬਚਾਉਣ ਦੇ ਲਈ, ਵਧਾਉਣ ਦੇ ਲਈ ਕੀ ਕੁਛ ਕੀਤਾ। ਹਾਂ ਨਹੀਂ, ਬਿਲਕੁਲ ਜੀ, ਇਹ ਫਿਲਮਾਂ ਇੱਕ ਬੜਾ ਵਧੀਆ ਮਾਧਿਅਮ ਹੈ ਉਸ ਉਹਨਾਂ ਕਹਾਣੀਆਂ ਉਹਨਾਂ ਕਿੱਸਿਆਂ ਨੂੰ ਸਮਾਜ ਤੱਕ ਪਹੁੰਚਾਉਣ ਦਾ। ਮੈਨੂੰ ਅਜੇ ਤਾਂ ਸਿਰਫ ਇੱਕ ਅਸੀਂ ਕਿੱਸਾ ਇਹ ਛੇੜਿਆ, ਇਸ ਤੋਂ ਪਹਿਲਾਂ ਮਸਤਾਨੇ ਦਾ ਬੜਾ ਵਧੀਆ ਰਿਸਪੋਂਸ ਰਿਹਾ ਆ। ਉਸੇ ਲੜੀ ਦਾ ਮਣਕਾ ਜਿਹੜਾ ਆ ਉਹ ਇਹ ਹੈਗੀ ਹੈ ਬੀਬੀ ਰਜਨੀ ਕਹਾਣੀ। ਇਸ ਤੋਂ ਬਾਅਦ ਹੋਰ ਵੀ ਬੜੀਆਂ ਕਹਾਣੀਆਂ ਨੇ, ਇਹ ਕਾਮਯਾਬ ਹੁੰਦੀ ਹੈ ਫਿਲਮ, ਅਤੇ ਆਈ ਥਿੰਕ ਹੋਰ ਨਵੇਂ ਪ੍ਰੋਡਿਊਸਰਸ ਵੀ ਆਉਣਗੇ। ਜੀ ਮੈਮ, ਬੀਬੀ ਰਜਨੀ ਵਰਗੀ ਮੂਵੀ ਕਰਨ ਦਾ ਮੌਕਾ ਮਿਲਿਆ, ਇਤਿਹਾਸ ਨਾਲ ਜੁੜਿਆ, ਕੀ ਕਹਿਣਾ ਚਾਹੋਗੇ? ਜੀ, ਸਾਡੀ ਸਾਰੀ ਟੀਮ ਲਈ ਬਹੁਤ ਮਾਣ ਵਾਲੀ ਗੱਲ ਹੈ ਜੀ, ਅਸੀਂ ਇਸ ਫਿਲਮ ਦਾ ਹਿੱਸਾ ਹਾਂ, ਅਤੇ ਬਸ ਇਹੀ ਬੇਨਤੀ ਕਰਦੇ ਹਾਂ ਜੀ ਕਿ 30 ਨੂੰ ਸਾਡੀ ਫਿਲਮ ਆ ਰਹੀ ਹੈ ਅਤੇ ਜ਼ਰੂਰ ਦੇਖਣ ਜਾਇਓ ਜੀ। ਜੀ, ਕਿੰਨੀ ਤਰੀਕ ਨੂੰ ਰਿਲੀਜ਼ ਹੋਣੀ? 30 ਨੂੰ ਜੀ। 30 ਅਗਸਤ ਨੂੰ ਜੀ। ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੇਕਰ ਇੱਦਾਂ ਦੀ ਮੂਵੀਜ਼ ਰੋਲ ਕਰਨ ਦਾ ਮੌਕਾ ਮਿਲੇ ਤਾਂ ਕਰੋਗੇ? ਕਿਉਂਕਿ ਤੁਹਾਨੂੰ ਇਤਿਹਾਸਕ ਮੂਵੀ ਦੇ ਵਿੱਚ ਸ਼ਾਇਦ ਮੈਨੂੰ ਲੱਗਦਾ ਪਹਿਲੀ ਵਾਰ ਦੇਖਿਆ। ਹਾਂਜੀ ਜੀ, ਮੈਂ ਪਹਿਲੀ ਵਾਰੀ ਇੱਦਾਂ ਦਾ ਰੋਲ ਕਰ ਰਹੀ ਹਾਂ ਅਤੇ ਮੈਂ ਜ਼ਰੂਰ ਕਰਨਾ ਚਾਹੂੰਗੀ ਜੀ। ਜਦੋਂ ਤੁਹਾਨੂੰ ਇੱਕ ਵਾਰ ਪਤਾ ਲੱਗਿਆ ਕਿ ਬੀਬੀ ਰਜਨੀ ਦਾ ਰੋਲ ਅਦਾ ਕਰਨਾ ਤਾਂ ਕਿੱਦਾਂ ਦਾ ਲੱਗਿਆ? ਬਹੁਤ ਵਧੀਆ ਜੀ, ਮੈਨੂੰ ਲੱਗਦਾ ਆਈ ਥਿੰਕ ਵਧੀਆ ਤਾਂ ਲੱਗਿਆ, ਪਰ ਇੱਕ ਰਿਸਪੋਂਸੀਬਿਲਟੀ ਮਹਿਸੂਸ ਹੋਈ ਅਤੇ ਸਾਨੂੰ ਇਹ ਜ਼ਰੂਰ ਹੈ ਕਿ ਜੋ ਅਸੀਂ ਮਤਲਬ ਪੇਸ਼ ਕੀਤਾ ਆ ਅਤੇ ਆਡੀਅੰਸ ਨੂੰ ਜ਼ਰੂਰ ਪਸੰਦ ਆਵੇ, ਅਤੇ ਇੱਕ ਰਿਸਪੋਂਸੀਬਿਲਟੀ ਮਹਿਸੂਸ ਹੋ ਰਹੀ ਹੈ। ਕਿਹੜੀ ਕਿਹੜੀ ਜਗ੍ਹਾ 'ਤੇ ਇਹ ਮੂਵੀ ਰਿਲੀਜ਼ ਹੋਈ? ਵਰਲਡ ਵਾਈਡ ਹੋ ਰਹੀ ਹੈ ਜੀ। ਜੀ, ਨਹੀਂ, ਕਿਹੜੀ ਥਾਂ ਦੇ ਉੱਤੇ ਮੂਵੀ ਨੂੰ ਜਿਹੜਾ ਸ਼ੂਟ ਕੀਤਾ ਗਿਆ? ਵੈਸੇ ਤਾਂ ਸ਼ੂਟ ਕੀਤਾ ਚੰਡੀਗੜ੍ਹ ਦੇ ਲਾਗੇ ਜੀ, ਚੰਡੀਗੜ੍ਹ ਦੇ ਨੀਅਰ ਏਰੀਆ ਜੀ। ਸੋ ਕੋਈ ਇਹੋ ਜਿਹਾ ਪਲ ਜਿਹੜਾ ਯਾਦਗਾਰ ਬਣ ਗਿਆ ਹੋਵੇ ਮੂਵੀ ਦਾ? ਆਈ ਥਿੰਕ ਸਾਰੇ ਪਲ ਜੀ, ਸ਼ੁਰੂ ਤੋਂ ਲੈ ਕੇ ਜਦੋਂ ਤੱਕ, ਖਾਸ ਇੱਕ ਤਾਂ ਨਹੀਂ ਹੈਗਾ, ਸਾਰੇ ਹੀ ਹੈ ਜੀ, ਸਾਰੀ ਟੀਮ ਨਾਲ ਜਦੋਂ ਅਸੀਂ ਕੰਮ ਕੀਤਾ ਸਾਰਾ ਹੀ ਬਹੁਤ ਵਧੀਆ ਐਕਸਪੀਰੀਅੰਸ। ਕੋਈ ਮੈਸੇਜ ਦੇਣਾ ਚਾਹੁੰਦੇ? ਬਸ ਇਹੀ ਜੀ ਕਿ ਸਾਡੀ ਫਿਲਮ ਆ ਰਹੀ ਹੈ ਅਤੇ ਜ਼ਰੂਰ ਦੇਖਣ ਜਾਇਓ, ਜਿਨ੍ਹਾਂ ਨੇ ਨਹੀਂ, ਜਿਨ੍ਹਾਂ ਨੂੰ ਨਹੀਂ ਕਹਾਣੀ ਪਤਾ, ਅਸੀਂ ਤਾਂ ਸੁਣੀ ਹੋਈ ਹੈ ਛੋਟੇ ਹੁੰਦੇ, ਜਿਨ੍ਹਾਂ ਨੂੰ ਨਹੀਂ ਇਹ ਕਹਾਣੀ ਪਤਾ ਉਹ ਜ਼ਰੂਰ ਦੇਖਣ ਜਾਣ 30 ਨੂੰ ਜੀ।